ਦਿਨੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਇਹ ਕੁਆਂ ਜੀ। ਤੇ ਤੁਹਾਨੂੰ ਆਇਆ ਜਿਹੜਾ ਬਾਜ਼ਾਰ ਆ ਸਾਰਾ ਪੁਰਾਣਾ ਬਾਜ਼ਾਰ ਸੀ ਜਿਹੜਾ ਉਹ ਉਸ ਦੌਰ ਦੇ ਵਿੱਚ ਜਿੱਥੇ ਹਿੰਦੂ ਤਾਜਰ ਸਿੱਖ ਤਾਜਰ ਬਹਿ ਕੇ ਆਪਣੀ ਤਜਾਰਤ ਵਗੈਰਾ ਕਰਦੇ ਰਹੇ ਨੇ। ਕੁਆਂ ਸਾਨੂੰ ਮਿਲਿਆ ਜਿਹਦੀ ਤਰੀਕ ਤਕਰੀਬਨ 150-200 ਸਾਲ ਪੁਰਾਣੀ ਹੈ। ਕਿਲ੍ਹਾ ਜਿਹੜਾ ਸੋਭਾ ਸਿੰਘ ਇਹਦੀ ਕੀ ਤਰੀਕ ਹੈ ਦੱਸਦੇ ਨੇ? ਇੱਕ ਉਸ ਟਾਈਮ ਇੱਕ ਸਿੱਖ ਸਰਦਾਰ ਸੀ ਜਿਹਦਾ ਨਾਂ ਸੀ ਬਾਗ ਸਿੰਘ। ਬਾਗ ਸਿੰਘ ਦੇ ਚਾਰ ਬੇਟੇ ਸਨ। ਸੋਭਾ ਸਿੰਘ ਉਹਦਾ ਜਿਹੜਾ ਵੱਡਾ ਬੇਟਾ ਸੀ ਉਹਦਾ ਨਾਂ ਸੀ ਸੋਭਾ ਸਿੰਘ, ਉਹਦਾ ਦੂਸਰਾ ਜਿਹੜਾ ਬੇਟਾ ਸੀ ਉਹਦਾ ਨਾਂ ਸੀ ਦੀਦਾਰ ਸਿੰਘ, ਇਸ ਤਰ੍ਹਾਂ ਤੀਸਰਾ ਜਿਹੜਾ ਬੇਟਾ ਸੀ ਉਹਦਾ ਮੀਆਂ ਸਿੰਘ ਸੀ। ਮਤਲਬ ਉਹ ਉਸ ਟਾਈਮ ਦੱਸਦੇ ਨੇ ਕਿ ਉਹਦੇ ਜਿਹੜੇ ਬੇਟੇ ਸਨ ਉਹਨੇ ਮਤਲਬ ਉਹਨਾਂ ਦੇ ਨਾਵਾਂ 'ਤੇ ਉਸ ਟਾਈਮ ਜਿਹੜੇ ਨੇ ਸ਼ਹਿਰ ਆਬਾਦ ਕੀਤੇ ਸਨ। ਉਹਦਾ ਜਿਹੜਾ ਵੱਡਾ ਬੇਟਾ ਸੀ ਉਹਦੇ ਨਾਂ 'ਤੇ ਇਹ ਕਿਲ੍ਹਾ ਜਿਹੜਾ ਸੋਭਾ ਸਿੰਘ ਆਬਾਦ ਹੋਇਆ ਸੀ। ਅਤੇ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜੇ ਨੇ ਦੌਰ ਦੇ ਵਿੱਚ ਇਹ ਜਿਹੜਾ ਕਸਬਾ ਇਹ ਜਿਹੜਾ ਕਿਲ੍ਹਾ ਅਹਿਮਦਾਬਾਦ ਜਾਂ ਇਹਨੂੰ ਕਿਲ੍ਹਾ ਸੋਭਾ ਸਿੰਘ ਕਹਿ ਲਓ, ਇਹ ਉਸ ਦੌਰ ਦੇ ਵਿੱਚ ਵੀ ਆਬਾਦ ਸੀ। ਅਤੇ ਉਸ ਟਾਈਮ ਦੱਸਦੇ ਨੇ ਕਿ ਇਸ ਕਸਬੇ ਦੇ ਚਾਰ ਦਰਵਾਜ਼ੇ ਹਨ। ਜਿਹੜਾ ਪਹਿਲਾ ਦਰਵਾਜ਼ਾ ਸੀ ਜਿਹੜਾ ਮਤਲਬ ਵੱਡਾ ਦਰਵਾਜ਼ਾ ਦੱਸਦੇ ਨੇ ਉਹ ਪਸਰੂਰੀ ਦਰਵਾਜ਼ਾ ਸੀ, ਦੂਸਰਾ ਜਿਹੜਾ ਹੈ ਜੰਮੂ ਦਰਵਾਜ਼ਾ ਸੀ, ਤੀਸਰਾ ਅਕਬਰੀ ਜਿਹੜਾ ਨਾ ਦਰਵਾਜ਼ਾ ਸੀ, ਅਤੇ ਚੌਥਾ ਜਿਹੜਾ ਨਾ ਉਹ ਦੱਸਦੇ ਨੇ ਕਿ ਅੰਮ੍ਰਿਤਸਰੀ ਜਿਹੜਾ ਦਰਵਾਜ਼ਾ ਸੀ ਇਸ ਕਸਬੇ ਨੂੰ ਲੱਗਦਾ ਸੀ। ਇਲਾਵਾ ਕਿਲ੍ਹਾ ਅਹਿਮਦਾਬਾਦ, ਕਿਲ੍ਹਾ ਸੋਭਾ ਸਿੰਘ ਦੀ ਕੀ ਤਰੀਕ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ, ਤੁਹਾਨੂੰ ਮੈਂ ਉਹ ਖੂਬ ਵੀ ਦੱਸਣਾ। ਉਸ ਇਲਾਵਾ ਜਿਹੜਾ ਬਾਜ਼ਾਰ ਹੈ ਹਿੰਦੂਆਂ ਸਿੱਖਾਂ ਦਾ, ਦੁਕਾਨਾਂ ਨੇ ਜਿਹੜੀਆਂ ਉਸ ਦੌਰ ਦੀਆਂ, ਉਹ ਵੀ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਨਾ। ਹਾਂ ਜੀ, ਕਿਲ੍ਹਾ ਅਹਿਮਦਾਬਾਦ ਦਾ ਜਿਹੜਾ ਮੇਨ ਬਾਜ਼ਾਰ ਹੈ ਜਿਹੜਾ ਜਿੱਥੇ ਹਿੰਦੂ ਸਿੱਖ ਮਤਲਬ ਬਹਿ ਕੇ ਤਜਾਰਤ ਕਰਦੇ ਰਹੇ ਨੇ, ਉਹਨਾਂ ਦੀ ਦੁਕਾਨਾਂ ਅੱਜ ਵੀ ਇੱਥੇ ਮੌਜੂਦ ਨੇ। ਇਹ ਤੁਹਾਨੂੰ ਮੈਂ ਦੱਸਦਾ ਜਾਵਾਂ ਜੀ, ਇਹ ਤੁਸੀਂ ਦੇਖ ਸਕਦੇ ਹੋ ਉਹ ਪੁਰਾਣੇ ਦੌਰ ਦੀ ਦੁਕਾਨ, ਚੈੱਕ ਕਰ ਸਕਦੇ ਹੋ ਬਿਲਕੁਲ ਛੋਟੀ ਬਰੀਕ ਇੱਟ, ਇਹਦੀ ਨਿਸ਼ਾਨੀ ਹੈ ਕਿ ਇਹ ਪੁਰਾਣੇ ਦੌਰ ਦੀ ਜਿਹੜੀ ਹੈ ਇਹ ਦੁਕਾਨ ਹੁੰਦੀ ਰਹੀ ਹੈ, ਅਤੇ ਕਿਸੇ ਹਿੰਦੂ ਤਾਜਰ ਸੀ ਜਾਂ ਸਿੱਖ ਤਾਜਰ ਦੀ ਸੀ, ਉਹ ਲੱਕੜ ਦਾ ਦਰਵਾਜ਼ਾ ਜਿਹੜਾ ਪੁਰਾਣੇ ਦੌਰ ਦੇ ਵਿੱਚ ਇਸਤੇਮਾਲ ਹੁੰਦਾ ਰਿਹਾ ਉਹ ਅੱਜ ਵੀ ਮਤਲਬ ਇੱਥੇ ਮੌਜੂਦ ਹੈ। ਅਤੇ ਇਹ ਸਾਈਡ ਤੁਹਾਨੂੰ ਮੈਂ ਦੱਸਿਆ ਜਾਵਾਂ ਜੀ, ਇਹ ਸੀਣੀਆਂ ਬਣੀ ਦੀਆਂ, ਇਹਦੀ ਡਬਲ ਮੰਜ਼ਲੀ ਜਾਂ ਛੱਤ ਦੁਕਾਨ ਸੀ ਉੱਤੇ ਜਾਣ ਵਾਸਤੇ, ਅਤੇ ਇਹ ਚੈੱਕ ਕਰ ਸਕਦੇ ਹੋ ਜੀ। ਉਸੇ ਦੌਰ ਦੀਆਂ ਚੀਜ਼ਾਂ ਅੱਜ ਵੀ ਇਸ ਬਾਜ਼ਾਰ ਦੇ ਵਿੱਚ ਮੌਜੂਦ ਨੇ ਕਿਲ੍ਹਾ ਅਹਿਮਦਾਬਾਦ ਦੇ ਵਿੱਚ। ਅਤੇ ਇਹਦਾ ਪੁਰਾਣਾ ਨਾਂ ਸੀ ਕਿਲ੍ਹਾ ਸੋਭਾ ਸਿੰਘ, ਤੁਹਾਨੂੰ ਮੈਂ ਦੱਸਦਾ ਜਾਵਾਂ 1991 ਦੇ ਵਿੱਚ ਇੱਥੋਂ ਦੇ ਜਿਹੜੇ ਵਾਸੀ ਸਨ ਕਿਲ੍ਹਾ ਅਹਿਮਦਾਬਾਦ ਦੇ ਰਹਿਣ ਵਾਲੇ, ਉਹਨਾਂ ਦੀ ਫਰਮਾਇਸ਼ 'ਤੇ ਜਿਹੜਾ ਨਾ ਪਾਕਿਸਤਾਨੀ ਜਿਹੜੀ ਗੌਰਮੈਂਟ ਸੀ ਉਹਨੇ ਇਹਦਾ ਨਾਂ ਚੇਂਜ ਕਰਕੇ ਕਿਲ੍ਹਾ ਅਹਿਮਦਾਬਾਦ ਰੱਖਿਆ, ਲੇਕਿਨ ਅੱਜ ਵੀ ਇਹਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਦਾ ਪੁਰਾਣਾ ਨਾਂ ਕਿਲ੍ਹਾ ਸੋਭਾ ਸਿੰਘ ਉਸੇ ਦੌਰ ਦਾ ਇਸਤੇਮਾਲ ਹੋਇਆ ਹੁੰਦਾ ਆ ਰਿਹਾ ਜੀ। ਇਹ ਚੈੱਕ ਕਰ ਸਕਦੇ ਹੋ ਜੀ, ਇਹ ਸਾਰੀ ਮਾਰਕੀਟ ਜਿਹੜੀ ਹੈ ਹਿੰਦੂਆਂ ਦੀ ਮਾਰਕੀਟ, ਸਿੱਖਾਂ ਦੀ ਮਾਰਕੀਟ ਹੁੰਦੀ ਰਹੀ ਹੈ। ਸਾਹਮਣੇ ਦੇਖ ਸਕਦੇ ਹੋ ਜੀ, ਪੁਰਾਣੇ ਦੌਰ ਦੀਆਂ ਦੁਕਾਨਾਂ ਜਿਹੜੇ 47 ਦੀ ਵੰਡ ਤੋਂ ਪਹਿਲਾਂ ਦੀਆਂ ਬਣੀ ਦੀਆਂ ਨੇ। ਉਸ ਤੋਂ ਇਲਾਵਾ ਤੁਹਾਨੂੰ ਦੱਸਾਂ ਕਿ ਬਾਜ਼ਾਰ ਦੇ ਵਿੱਚੋਂ ਵਿੱਚ ਇੱਕ ਕੂਆਂ ਜਿੱਥੋਂ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਇਹ ਕੂਆਂ ਜੀ। ਅਤੇ ਤੁਹਾਨੂੰ ਅੱਜ ਹੀ ਲਾ ਕੇ ਦੱਸਣੇ ਆ, ਤੁਸੀਂ ਦੇਖ ਸਕਦੇ ਹੋ ਲੋਹੇ ਦੇ ਗੱਡਰ ਲੱਗੇ ਨੇ, ਅਤੇ ਫਿਰ ਜੀ ਨਾਲ ਜਿਹੜਾ ਨਾ ਅਸੀਂ ਬਾਲਟੀ ਵਿੱਚ ਸੁੱਟਿਆ ਗਏ। ਤੁਹਾਨੂੰ ਮੈਂ ਦੱਸਦਾ ਹਾਂ ਕਿ ਅੰਗਰੇਜ਼ ਦੌਰ ਤੋਂ ਮਤਲਬ ਕਿ ਪਹਿਲਾਂ ਦਾ ਇਹ ਕੂਆਂ ਇੱਥੇ ਮੌਜੂਦ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਆਈ ਪੰਜਾਬ ਦੇ ਵਿੱਚ, ਅਹਿਮਦਾਬਾਦ ਦਾ ਪੁਰਾਣਾ ਨਾਂ ਸੀ ਕਿਲ੍ਹਾ ਸੋਭਾ ਸਿੰਘ। ਬਿਲਕੁਲ ਇਸ ਟਾਈਮ ਜਿਹੜਾ ਨਾ ਇਹਦੇ ਬਾਜ਼ਾਰ ਦੇ ਵਿੱਚ ਇੱਕ ਕੂਆਂ ਹੈ, ਦੱਸ ਦਿਨ ਕਈ ਤਰੀਕ ਤਕਰੀਬਨ 150-200 ਸਾਲ ਪੁਰਾਣੀ ਹੈ। ਇਹਨਾਂ ਦੀ ਵੀ ਲਿਆਓ, ਇਧਰ ਵੀ ਐਸੇ ਘੁਮਾਏ ਪੂਰਾ ਇੱਕ ਵਾਰ। ਇਹ ਪਾਣੀ ਸਾਫ ਮੈਂ ਦੱਸਦਾ ਜਾਵਾਂ ਕਿ ਇਹਦਾ ਮੈਕਾਨਿਜ਼ਮ ਕੀ ਹੈ। ਇਹ ਕੂਵੇਂ 'ਚ ਪਾਣੀ ਕੱਢ ਕੇ ਇਹ ਬਾਲਟੀ ਦੀ ਸੂਰਤ ਦੇ ਜੋ, ਇਹ ਇੱਕ ਛੋਟੀ ਜਿਹੀ ਹੋਦੀ ਬਣੀ ਦੀ ਹੈ। ਇਹ ਬਿਲਕੁਲ ਇਹ ਪਾਣੀ ਨੂੰ ਜਿਹੜਾ ਨਾ ਇਸ ਹੋਦੀ ਦੇ ਵਿੱਚ ਜਿਹੜਾ ਨਾ ਡਾਲ ਕੇ, ਅਤੇ ਬਿਲਕੁਲ ਜਿਹੜਾ ਨਾ ਜਦੋਂ ਉਹਦੀ ਫੁੱਲ ਹੋ ਜਾਂਦੀ ਹੈ ਇਸ ਇਹ ਸਾਈਡ 'ਤੇ ਜੇ ਨਹਾਉਣ ਵਾਸਤੇ ਆ ਥੋੜ੍ਹਾ ਜਿਹਾ ਇੱਥੋਂ ਜਿਹੜਾ ਨਾ ਪਾਣੀ ਆਪਣਾ ਬਾਹਰ ਆਉਂਦਾ। ਅੱਛਾ, ਇੱਥੇ ਮੈਂ ਦੱਸਦਾ ਜਾਵਾਂ ਕਿ ਇਹਦੇ ਕੂਏ 'ਤੇ ਬਿਲਕੁਲ ਇਹਦੀ ਜਿਹੜੀ ਬਣਾਵਟ ਆ ਬਿਲਕੁਲ ਛੋਟੀ ਇੱਟ ਬਰੀਕ ਇੱਟ ਜਿਹੜੀ ਮੁਗਲਿਆ ਦੌਰ ਦੇ ਵਿੱਚ ਇਸਤੇਮਾਲ ਹੁੰਦੀ ਸੀ, ਅਤੇ ਉਹ ਅੱਜ ਵੀ ਇਸ ਕੂਏ ਦੇ ਵਿੱਚ ਲੱਗੀ ਦੀ ਹੈ। ਇੱਥੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਇਹ ਕੂਆ ਜਿਹੜਾ ਅੱਜ ਵੀ ਕਿਲ੍ਹਾ ਅਹਿਮਦਾਬਾਦ ਜੀ ਦਾ ਪੁਰਾਣਾ ਨਾਂ ਕਿਲ੍ਹਾ ਸੋਭਾ ਸਿੰਘ ਉੱਥੇ ਮਤਲਬ ਮੌਜੂਦ ਹੈ। ਉਸ ਇਲਾਵਾ ਤੁਹਾਨੂੰ ਮੈਂ ਦੱਸਦਾ ਜਾਵਾਂ ਇਹ ਜਿਹੜਾ ਬਾਜ਼ਾਰ ਹੈ ਸਾਰਾ ਪੁਰਾਣਾ ਬਾਜ਼ਾਰ ਸੀ ਜਿਹੜਾ ਉਹ ਉਸ ਦੌਰ ਦੇ ਵਿੱਚ ਜਿੱਥੇ ਹਿੰਦੂ ਤਾਜਰ ਸਿੱਖ ਤਾਜਰ ਬਹਿ ਕੇ ਆਪਣੀ ਤਜਾਰਤ ਵਗੈਰਾ ਕਰਦੇ ਰਹੇ ਨੇ। ਇਹ ਚੈੱਕ ਕਰ ਸਕਦੇ ਹੋ ਜੀ, ਉਹਨਾਂ ਦੀਆਂ ਦੁਕਾਨਾਂ ਅੱਜ ਵੀ ਇੱਥੇ ਮੌਜੂਦ ਨੇ, ਉਹ ਪੁਰਾਣੇ ਦੌਰ ਦੀਆਂ ਦੁਕਾਨਾਂ। ਤੁਸੀਂ ਦੇਖ ਸਕਦੇ ਹੋ ਲੱਕੜ ਦੇ ਦਰਵਾਜ਼ੇ ਅੱਜ ਵੀ ਇਹਨਾਂ ਨੂੰ ਲੱਗੇ ਨੇ। ਇਹ ਜੀ ਇਹ ਚੈੱਕ ਕਰ ਸਕਦੇ ਹੋ ਜੀ, ਤੁਹਾਨੂੰ ਦੱਸਦਾ ਜਾਵਾਂ ਕਿ ਕਿਲ੍ਹਾ ਸੋਭਾ ਸਿੰਘ ਜਿਹੜਾ ਨਾ ਦੱਸਦੇ ਨੇ ਕਿ ਇਹਦੇ ਚਾਰ ਦਰਵਾਜ਼ੇ ਹੁੰਦੇ ਰਹੇ ਹਨ,
जिहड़ा इहदा मतलब एक पसरूरी दरवाजा सी, एक जम्मू दरवाजा सी, एक अकबरी दरवाजा सी, एक अमृतसरी दरवाजा सी। जदों महाराजा रणजीत सिंह दा हुकूमत हुंदी रही है इस पंजाब ते, इस दसदे ने कि इत्थे सिखां दा जिहड़ा ने एक बहुत वड्डा जत्था जिहड़ा ना ओह मतलब रहिंदा रहा इस कस्बे दे विच, इस पिंड दे विच। ते इस टाइम मैं इहदे बाजार दे विच मौजूद जिथों तुहानूं मैं जिहड़ा ना इहदे मनाज़र दसना पिया कि उस दौर दे विच इहदे बाजार दी की कंडीशन सी ते अज की कंडीशन है। आ रहे हां जी, किला अहमदाबाद दा जिहड़ा किला उत्थे लै के तुसीं देख सकदे हो पुराने दौर दे घर अज भी इस किला दे उत्ते मौजूद ने, दुकानां मौजूद ने, वह हिंदू ताजरां दीआं, सिख ताजरां दीआं जिहड़ियां उस दौर दे विच उहनां बणाईआं सन। ते इस टाइम अहीं जा रहे हां जी उस किले दे उत्ते जिहड़ा उस दौर दे विच इत्थे किला बणाया गया सी। ते दस दिन क अज दे दौर दे विच इत्थे एक स्कूल बन गए दा प्राइमरी स्कूल। ते देखने जे किले दे आसार साणू मिलदे ने तुहाडे नाल अहीं शेयर करने आ जी। अच्छा, इस टाइम अहीं किले दे उत्ते मौजूद हाँ, तुसीं देख सकदे हो इहदी किन्नी ऊंचाई है जिधरों अहीं आ रहे हैं, चैक कर सकदे हो जी। ते बिल्कुल इस किले दे कुछ आसार अज भी इस कस्बा किला अहमदाबाद दे विच मौजूद ने, जिहदा पुराना नाम दसदे ने कि किला सोभा सिंह हुंदा रहा। ते तुहानूं मैं दसदा जावां जी, इह चैक कर सकदे हो तुसीं, इह किले दे कुछ आसार अज भी इत्थे मौजूद ने जी। है इह चैक कर सकदे हो पुरानी इट जिहड़ी मुगलिया दौर च इस्तेमाल हुंदी रही है ਉਹ ਅੱਜ ਵੀ ਇੱਥੇ ਲੱਗੀ ਦੀ ਹੈ। ਅਤੇ ਕਿਲੇ ਦਾ ਕੁਛ ਹਿੱਸਾ ਇਹ ਹੀ ਇਹ ਸਾਈਡ 'ਤੇ ਜਿਹੜਾ ਇਸ ਟਾਈਮ ਜਿਹੜਾ ਪ੍ਰਾਇਮਰੀ ਸਕੂਲ ਬਣ ਗਿਆ ਇਹਦਾ। ਅਤੇ ਇਹ ਇੱਕ ਦੀਵਾਰ ਮੌਜੂਦ ਸੀ ਇਸ ਕਿਲੇ ਦੀ, ਇਹ ਚੈੱਕ ਕਰ ਸਕਦੇ ਹੋ ਜਿਹੜੀ ਉਸ ਦੌਰ ਦੇ ਵਿੱਚ ਮਤਲਬ ਜਿੱਥੇ ਕਿਲਾ ਹੁੰਦਾ ਰਿਹਾ। ਅਤੇ ਅੱਜ ਦੇ ਦੌਰ ਦੇ ਵਿੱਚ ਇੱਥੇ ਬਸ ਇੱਕ ਦੀਵਾਰ ਹੀ ਬਚੀ ਦੀ ਹੈ। ਅਤੇ ਕਿਲੇ ਦਾ ਜਿਹੜਾ ਬਕਾਇਆ ਹਿੱਸਾ ਸੀ ਉਹ ਬਿਲਕੁਲ ਰਿਮੂਵ ਕਰਕੇ ਅਤੇ ਉੱਥੇ ਪ੍ਰਾਇਮਰੀ ਸਕੂਲ ਜਿਹੜਾ ਬਣ ਗਿਆ ਇਹਦਾ ਜੀ। ਅੱਛਾ, ਇਹ ਗੌਰਮੈਂਟ ਪ੍ਰਾਇਮਰੀ ਸਕੂਲ ਕਿਲਾ ਅਹਿਮਦਾਬਾਦ ਦਾ ਜਿਹੜਾ ਕਿਲੇ ਦੇ ਉੱਤੇ ਬਿਲਕੁਲ ਕਿਲੇ ਨੂੰ ਰਿਮੂਵ ਕਰਕੇ ਨਾ ਸਕੂਲ ਜਿਹੜਾ ਨੂੰ ਬਣਾ ਦਿੱਤਾ ਗਿਆ ਇਹਦਾ। ਇੱਥੇ ਦਸ ਦਿਨ ਕਿ ਪਹਿਲਾਂ ਇੱਥੇ ਕਿਲਾ ਹੁੰਦਾ ਰਿਹਾ, ਫਿਰ ਬਾਅਦ 'ਚ ਇੱਥੇ ਥਾਣਾ ਬਣਿਆ ਸੀ, ਫਿਰ ਹੁਣ ਇਸ ਟਾਈਮ ਜਿਹੜਾ ਨਾ ਇੱਥੇ ਇਹ ਪ੍ਰਾਇਮਰੀ ਸਕੂਲ ਹੈ ਜੀ ਕਿਲਾ ਅਹਿਮਦਾਬਾਦ ਦਾ। ਬਿਲਕੁਲ ਇਸ ਟਾਈਮ ਅਸੀਂ ਟਿੱਬੇ 'ਤੇ ਖੜ੍ਹੇ ਹਾਂ ਜੀ, ਕਾਫੀ ਉੱਚਾ ਹੈ ਟਿੱਬਾ ਜਿਹੜਾ ਨਾ। ਅਤੇ ਚਲੋ ਜੀ, ਤੁਹਾਨੂੰ ਦੱਸਦੇ ਹਾਂ ਜਿਹੜੀ ਹਿੰਦੂ ਸਿੱਖਾਂ ਦੀਆਂ ਹੋਰ ਮਾਰਕੀਟ ਆ, ਜਿਹੜਾ ਹੋਰ ਜਿਹੜਾ ਬਾਜ਼ਾਰ ਆ ਇਸ ਕਸਬੇ ਦੇ ਵਿੱਚ। ਅਹਿਮਦਾਬਾਦ ਦੇ ਬਾਜ਼ਾਰ ਦੇ ਵਿੱਚ ਇਹ ਅਕਬਰੀ ਦਰਵਾਜ਼ਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਜੀ, ਕਿਲਾ ਅਹਿਮਦਾਬਾਦ ਦੇ ਚਾਰ ਦਰਵਾਜ਼ੇ ਸਨ ਜਿਹਦੇ 'ਚੋਂ ਇੱਕ ਦਰਵਾਜ਼ਾ ਅਕਬਰੀ ਦਰਵਾਜ਼ਾ ਜਿਹੜਾ ਉਹ ਅੱਜ ਵੀ ਇੱਥੇ ਮੌਜੂਦ ਹੈ ਬਿਲਕੁਲ ਬਾਜ਼ਾਰ ਦੇ ਵਿੱਚ। ਇਹਦੇ ਚਾਰ ਦਰਵਾਜ਼ੇ ਸਨ, ਅਕਬਰੀ ਦਰਵਾਜ਼ਾ, ਪਸਰੂਰੀ ਦਰਵਾਜ਼ਾ, ਜੰਮੂ ਦਰਵਾਜ਼ਾ। ਉਸ ਤੋਂ ਇਲਾਵਾ ਦੱਸਦੇ ਨੇ ਕਿ ਇਹ ਅਕਬਰੀ ਦਰਵਾਜ਼ਾ ਜਿਹੜਾ ਉਹਦੇ ਅਸਾਰ ਅੱਜ ਵੀ ਇਸ ਬਾਜ਼ਾਰ ਦੇ ਵਿੱਚ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਇਹ ਦਰਵਾਜ਼ੇ ਨੂੰ ਬਣਾਉਣ ਵਾਸਤੇ ਬਿਲਕੁਲ ਉਹ ਛੋਟੀ ਇੱਟ ਮੁਗਲੀਆ ਦੌਰ ਦੀ ਜਿਹੜੀ ਇਹ ਉਹ ਐਕਚੁਅਲੀ ਇਸਤੇਮਾਲ ਹੋਈ ਦੀ ਹੈ। ਅਤੇ ਅੱਜ ਵੀ ਇਹ ਜਿਹੜਾ ਦਰਵਾਜ਼ਾ ਇਸ ਬਾਜ਼ਾਰ ਦੇ ਵਿੱਚ ਬਿਲਕੁਲ ਆਪਣੀ ਅਸਲੀ ਵਾਲਾ ਦੇ ਕਰੀਬ ਤਰ ਇੱਥੇ ਅੱਜ ਵੀ ਮੌਜੂਦ ਹੈ।